ਹਾਂਜੀ, ਕੀ ਨਾਮ ਆ ਜੀ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਮਸਲਾ ਜੀ ਇੱਥੇ ਅੱਡ ਤੁਸੀਂ? ਨਾਂ ਨਿਰਮਲ ਸਿੰਘ ਆ, ਸੁਲਤਾਨਵੇਂ ਰੋਡ ਆ ਅਸੀਂ ਪਿੰਡ ਆਪਣਾ ਇੱਥੇ ਸੁਲਤਾਨਵੇਂ ਦੀ। ਸਾਡੀ ਭਣੇਵੀ ਸੀ ਇੱਕ, ਅਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ, ਅਤੇ ਉਹ ਕੁੜੀ ਲੈ ਕੇ ਹੋਰ ਭਜਾ ਗਈ ਕਹਿੰਦੀ, ਅਤੇ ਉਹ ਅਸੀਂ 2 ਮਹੀਨੇ ਹੋ ਗਏ ਲੱਭਦਿਆਂ ਨੂੰ, ਅਤੇ ਜੇ ਲੱਭੀ ਆ ਕਿਸੇ ਹੋਟਲ 'ਚੋਂ ਫੜੇ ਗਏ ਦੋਵੇਂ ਕੁੜੀ ਅਤੇ ਮੁੰਡਾ, ਅਤੇ ਉਦੋਂ ਪੁਲਿਸ ਵਾਲੇ ਝਗੜਾ ਜਿਹਾ ਪਾ ਕੇ ਅਤੇ ਪੁਲਿਸ ਵਾਲੇ ਥਾਣੇ ਲਏ ਆ, ਅਤੇ ਨਾ ਮੁੜ ਕੇ ਨਾ ਕੋਈ ਕਾਰਵਾਈ ਕਰਨ ਡੇ ਆ। SHO ਰਣਜੀਤ ਸਿੰਘ ਨਾਂ ਤੋਂ ਕੋਈ ਕਾਰਵਾਈ ਕਰਨ ਡੇ, ਨਾ ਉਹਨਾਂ ਨੂੰ ਛੱਡਣ ਡੇ ਆ। ਤਾਂ ਜੇਕਰ ਅਸੀਂ ਗੱਲ ਕਰੀਏ, ਤੁਹਾਡੇ ਵੱਲੋਂ ਦੱਸਿਆ ਜਾ ਰਿਹਾ 2 ਮਹੀਨੇ ਹੋ ਚੁੱਕੇ ਨੇ, 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ? ਅੱਛਾ ਜੀ, ਕਾਹਦੀ ਰਿਪੋਰਟ ਲਿਖਾਈ ਗਈ ਜੀ ਤੁਹਾਡੇ? ਅੱਛਾ ਜੀ, ਹੁਣ ਜੇ ਉਹ ਲੱਭਾ ਲੱਭਾ ਕਿਸੇ ਨੇ CID ਦਿੱਤੀ ਆ, ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ, ਅਸੀਂ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜ ਲਏ। ਤਾਂ ਨੌਜਵਾਨ ਮੈਰਿਡ ਆ ਪਹਿਲਾਂ? ਹਾਂਜੀ ਹਾਂਜੀ ਹਾਂਜੀ, ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ, ਤੇ ਜਿਹੜੀ ਕੁੜੀ ਉਹ ਸਾਡੀ ਭਣੇਵੀ ਆ। ਅੱਛਾ ਜੀ, ਹਾਂਜੀ। ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ? ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ, ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀਂ ਇਹਨਾਂ ਜਾਂ ਉਹਨਾਂ ਨੂੰ ਛੱਡ ਦਿਓ, ਅਸੀਂ ਆਪੇ ਵੇਖ ਲਾਂਗੇ, ਅਤੇ ਜਾਂ ਉਹਨਾਂ ਦਾ ਪੈਸਾ ਕੱਟੋ। ਤਾਂ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ, ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬੱਸ ਲੁੱਕੀ ਕੀਤੀ ਗਈ ਆ, ਕਰਨੀ ਆ ਸਰ। ਜਦੋਂ ਇਹ ਸਾਡੀ ਸੁਣ ਨਹੀਂ ਡੇ, ਕੋਈ 7 ਘੰਟੇ ਹੋ ਗਏ ਉਹਨੂੰ ਸੜਕ ਤੇ ਬੈਠੇ ਆ, ਇਹ ਕਾਰਵਾਈ ਕੋਈ ਨਹੀਂ ਕਰਨ ਦਾ, ਤਾਂ ਅਸੀਂ ਕੀ ਕਰਾਂਗੇ ਦੱਸੋ? ਜਿਹੜੇ ਸਾਡੇ ਨਾਲ ਬੰਦੇ ਆ ਉਲਟਾ ਉਹਨਾਂ ਨੂੰ ਅੰਦਰ ਫੜ ਲਿਆ। ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਅਗਲੇ ਪਾਸੋਂ? ਅਸੀਂ ਤਾਂ ਅਜੇ ਕੁਛ ਨਹੀਂ ਕੀਤਾ, ਕਾਰਵਾਈ ਵੀ ਅਸੀਂ ਬੁਲਾ ਤੇ ਫਿਰ ਤੇ ਕਾਰਵਾਈ ਹੋਈ ਜਾਊਗੀ। ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਿਆ, 6 ਘੰਟੇ ਹੋ ਗਏ, ਉਹਨਾਂ ਦੇ ਪਰਚਾ ਨਹੀਂ ਦਿੱਤਾ। ਕਾਰਨ ਕੀ ਆ, ਕਿਉਂ ਤੁਹਾਡੇ ਬੰਦੇ ਫੜੇ ਗਏ ਆ? ਫੜੇ ਕਾਹਦੇ? ਧਰਨਾ ਲਾਇਆ ਬਾਹਰ, ਤੂੰ ਚੁੱਕ ਕੇ ਲੈ ਗਿਆ ਅੰਦਰ। ਧਰਨਾ ਕਿਉਂ ਲਗਾਇਆ ਗਿਆ? ਗਲਤ ਧਰਨਾ ਲਗਾਇਆ ਗਿਆ। ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ। ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ? ਸਾਰਿਆਂ ਨੂੰ ਮਿਲੇ ਆਪਾਂ, ਜਿੰਨੇ ਵੀ ਹੈਗੇ SHO ਆ। ਅੱਛਾ ਜੀ, ਤੇ ਕੀ ਕਹਿੰਦੇ ਫਿਰ? ਕੁਛ ਨਹੀਂ ਕਹਿੰਦੇ, ਪਰਚਾ ਨਹੀਂ ਬਣਦਾ ਇਹਨਾਂ ਦੇ। ਤਾਂ ਲੱਗਦਾ ਨਹੀਂ ਕਿ ਸਹਿਮਤੀ ਦੇ ਨਾਲ ਦੋਨੇ ਜਣੇ ਰਹਿ ਰਹੇ ਸੀ ਉੱਥੇ? ਕਹਿੰਦੇ ਕੋਰਟ ਮੈਰਿਜ ਕਰਾਈ ਆ, ਵਿਆਹ ਤੋਂ ਬਿਨਾਂ ਕੋਰਟ ਮੈਰਿਜ ਕਿੱਦਾਂ ਕਰਾ ਦੇ, ਪਹਿਲਾਂ ਤਲਾਕ ਨਹੀਂ ਹੋਇਆ। ਉਹ ਕਹਿੰਦੇ ਅਸੀਂ ਕੋਰਟ ਮੈਰਿਜ ਕਰਾ ਲਈ ਆ ਜੀ, ਜੇ ਕੋਰਟ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਆ, 4 ਸਾਲਾਂ ਦਾ ਮੁੰਡਾ ਵਾ, ਫਿਰ ਪਰਚਾ ਕਿਉਂ ਨਹੀਂ ਬਣਦਾ ਇਹਨਾਂ ਦੇ? ਜਿੰਨਾ ਤੱਕ ਤਲਾਕ ਨਾ ਹੋਵੇ ਉਹਦੀ ਕੋਰਟ ਮੈਰਿਜ ਬੰਦਾ ਕਰਾ ਨਹੀਂ ਸਕਦਾ। 420 ਦਾ ਤਾਂ ਪਹਿਲੇ ਉਦਾਂ ਹੀ ਬਣਦਾ, ਮੈਂ ਤੂੰ ਖਤਰਾ ਨਹੀਂ ਦੱਸਦਾ ਕਿ ਉਹ ਤੇ ਲਾਉਣ ਪਹਿਲਾਂ ਧਾਰਾ, ਬਾਕੀ ਬਾਅਦ ਚੋਂ ਵਿਖੀ ਜਾਣੀ। ਤਾਂ ਜੇਕਰ ਤੁਹਾਡੀ ਗੱਲ ਕਰੀਏ, ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ? ਭਾਜੀ 6 ਘੰਟੇ ਹੋ ਗਏ ਕਾਲੀ ਕਾਲੀ ਕਰਤੀ ਆ, 1 ਮਹੀਨਾ ਹੋ ਗਿਆ ਪੂਰਾ ਬੰਦਾ ਗੈਪ ਘਰੋਂ, ਅਸੀਂ ਮੌਕੇ ਦੇ ਹੋਟਲ 'ਚੋਂ ਫੜ ਕੇ ਲੈਂਦਾ, ਅਸੀਂ ਤਾਂ ਖੜ ਲੱਗੇ ਸੀ, ਇਹਨਾਂ ਨੇ PCR ਵਾਲੀ ਗੱਡੀ ਵਾਲੇ ਚੁੱਕੇ ਤੇ ਲੈ ਥਾਣੇ 'ਚ। ਅਸੀਂ ਤਾਂ ਕਿਹਾ ਸਾਨੂੰ ਸਾਡੇ ਬੰਦੇ ਦੇ ਦਿਓ, ਅਸੀਂ ਕੋਈ ਸਾਈਨ ਨਹੀਂ ਕਰਨੇ, ਮੁੰਡੇ ਤੋਂ ਅਸੀਂ ਚਲ ਜਾਵਾਂਗੇ। ਤਾਂ ਤੁਹਾਡੇ ਵੱਲੋਂ ਭਿੱਖੀ ਪਿੰਡ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ? ਨਹੀਂ, ਅਸੀਂ ਲਿਖਾਈ ਗਈ ਆ ਕੀ ਇਹ ਕੁੜੀ ਦੇ ਨਾਲ ਭੱਜਿਆ ਆ। ਅੱਛਾ ਜੀ, ਪੂਰੇ ਕੁੜੀ ਦੇ ਟੱਬਰ ਦਾ ਨਾਂ ਲਿਖਾਇਆ ਆ ਤੇ ਕੁੜੀ ਦਾ ਨਾਂ ਲਿਖਾਇਆ, ਮੁੰਡੇ ਦਾ ਨਾਂ ਲਿਖਾਇਆ। ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਅੱਜ? ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤੋਂ ਰਹਿ ਰਹੇ ਨੇ ਇੱਥੇ ਆ ਕੇ? 1 ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ, ਕਹਿੰਦੇ ਕੋਰਟ ਮੈਰਿਜ ਹੋਈ ਨਹੀਂ ਹੁੰਦੀ। ਅੱਛਾ ਜੀ, 1 ਮਹੀਨਾ ਹੋ ਗਿਆ ਇੱਥੇ ਰਹਿ ਰਹੇ ਨੇ। ਹਾਂ, ਤਾਂ ਉੱਥੋਂ ਲੈਂਦਾ ਗਿਆ ਇਹਨਾਂ ਨੂੰ? ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ? ਪਰਚਾ ਕੱਟਣਾ ਸੀ, ਹੁਣ ਪਰਚਾ ਕਟਾਓ ਇਹਨਾਂ ਦੇ। ਹਾਂ, ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ, ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ? ਨਹੀਂ, ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਣਾ, ਇਹਨਾਂ ਨੂੰ ਫੜ ਕੇ ਕੱਢਦੇ ਆ, 6 ਘੰਟੇ ਹੋ ਗਏ। ਜਿਹੜੇ ਬੰਦੇ ਅਸੀਂ ਫੜ ਕੇ ਲੈਂਦੇ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ, ਜਿਹੜੇ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕੱਢਦੇ, ਉਹ ਕਹਿੰਦੇ ਉਹਨੂੰ ਮਿਲਾਇਆ ਹੋਊਗਾ ਉਹਨਾਂ ਦਾ। ਅੱਛਾ ਜੀ, ਤੁਹਾਡੀ ਕੀ ਮੰਗ? ਅਸੀਂ ਤੁਹਾਡੀ ਮੰਗ ਕੀ ਹੈ, ਪਰਚਾ ਚਾਹੀਦਾ ਸਾਨੂੰ ਕੁੜੀ ਮੁੰਡੇ ਦੇ।
ਸਾਡੇ ਬੰਦੇ ਬਾਹਰ ਕੱਢੇ ਜਾਂਦੇ ਨੇ। ਠੀਕ ਆ। ਹਾਂਜੀ ਸਰ, ਕੀ ਮਾਮਲਾ ਜੀ? ਇਹ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਕਿ ਇਤਲਾਹ ਮਿਲੀ ਕਿ ਇੱਕ ਨੌਜਵਾਨ ਅਤੇ ਨਾਲ ਉਹਦੀ ਲੜਕੀ ਇੱਕ ਭੱਜ ਕੇ ਭਿੱਖੀ ਬੰਟੂ ਜਿਹੜੇ ਆਏ ਹੋਏ ਆ, ਜੋ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਫੜ ਲਿਆ ਅਤੇ ਉਹਨਾਂ ਦੀ ਕੁੱਟਮਾਰ ਕਰ ਰਹੇ ਸਨ। ਜੋ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਇਹਨਾਂ ਨੂੰ ਲੈ ਕੇ ਆਏ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਤਨਖਾਹ ਦਿੱਤੀ ਗਈ ਹੈ ਅਤੇ ਅਸੀਂ ਮੌਕੇ 'ਤੇ ਪੁੱਛ ਗਿੱਛ ਕਰਨ ਲੱਗੇ। ਇਹਦੇ ਵਿੱਚ ਕੁਛ ਪਰਿਵਾਰਕ ਮੈਂਬਰ ਜਿਹੜੇ ਆ ਗਰਮ ਹੋ ਗਏ ਅਤੇ ਉਗਰ ਵਿਵਹਾਰ ਕਰਨ ਲੱਗੇ ਅਤੇ ਬਾਅਦ ਦੇ ਵਿੱਚੋਂ ਇਹ ਥਾਣੇ ਦੇ ਬਾਹਰ ਆ ਕੇ ਰੋਸ ਪ੍ਰਦਰਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਅਤੇ ਜਿਸ ਵਿੱਚ ਕੁਝ ਰਾਹਗੀਰ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨੌਜਵਾਨ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਿਲ ਹੋ ਗਏ ਅਤੇ ਪੁਲਿਸ ਨਾਲ ਬਦਸਲੂਕੀ ਕਰਨ ਲੱਗੇ ਅਤੇ ਹਵਾ ਦੇ ਵਿੱਚ ਤਲਵਾਰਾਂ ਵਗੈਰਾ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਇਸ ਸੰਬੰਧ ਦੇ ਵਿੱਚ ਅਸੀਂ ਉਹਨਾਂ ਲਈ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ। ਤਾਂ ਸਰ, ਰਾਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼? ਇਹ ਇਹਨਾਂ ਨੂੰ ਇਹ ਸੀ ਵੀ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਹੋਇਆ ਉਸ ਕੁੜੀ ਦੇ ਨਾਲ, ਜਦ ਕਿ ਇਹਨਾਂ ਦੀ ਹੋਰ ਜਿਹੜੀ ਘਰਵਾਲੀ ਅਤੇ ਬੇਟਾ ਵੀ ਆ, ਇਸ ਖਿਲਾਫ਼ ਇਹਨਾਂ ਦੇ ਰੋਸ ਸੀ ਵੀ ਇਹਨਾਂ ਦੇ ਖਿਲਾਫ਼ ਜਿਹੜੀ ਆ ਮੁੰਡੇ ਦੀ ਕਾਰਵਾਈ ਕੀਤੀ ਗਈ ਹੈ, ਜੋ ਅਸੀਂ ਹੁਣ ਆਪਣਾ ਉਦੋਂ ਇਹਨਾਂ ਨੂੰ ਵਿਸ਼ਵਾਸ ਦਿੱਤਾ ਵੀ ਇਹਨਾਂ ਦੇ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ, ਪਰੰਤੂ ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਹੱਲਾ ਗੁੱਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋ ਜਿਹੜੇ ਰਾਹਗੀਰ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਅਤੇ ਉਹਨਾਂ ਨੇ ਕਾਫ਼ੀ ਜ਼ਿਆਦਾ ਬਦਸਲੂਕੀ ਪੁਲਿਸ ਨਾਲ ਕੀਤੀ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ, ਜੋ ਅਸੀਂ ਉਹਨਾਂ ਨੂੰ ਥਾਣੇ ਲੈ ਗ੍ਰਿਫਤਾਰ ਕਰ ਲਿੱਤਾ ਗਿਆ ਜੀ ਉਹਨਾਂ ਨੂੰ।